ਜਦੋਂ ਕੇਂਦਰ ਸਰਕਾਰ ਵੀ ਇਹ ਡਾਟਾ ਦਿੰਦੀ ਕਿ ਇੰਨੇ ਐਕਸੀਡੈਂਟ ਹੁੰਦੇ ਆ ਉਹ ਕਿਤੇ ਵੀ ਇਹ ਨਹੀਂ ਦੱਸਦੀ ਕਿ ਆਵਾਰਾ ਪਸ਼ੂਆਂ ਦੇ ਨਾਲ ਆਵਾਰਾ ਗਾਵਾਂ ਦੇ ਨਾਲ ਇੰਨੇ ਐਕਸੀਡੈਂਟ ਹੁੰਦੇ ਆ ਇਹ ਹਮੈਤੀ ਇਹੀ ਸਰਕਾਰ ਆ ਜਿਹੜੀ ਇਹ ਕਾਨੂੰਨ ਲੈ ਕੇ ਆਈ ਹੈਗੀ ਜਿਹੜੀਆਂ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਕਰਦੀ ਆ ਕਈ ਕੀਮਤੀ ਮਨੁੱਖੀ ਜਾਨਾਂ ਜਿਹੜੀ ਹੈਗੀਆਂ ਨੇ ਉਹ ਲੈਂਦੀਆਂ ਨੇ ਫਿਰ ਟੁੱਟੀਆਂ ਸੜਕਾਂ ਨੇ ਟੁੱਟੀਆਂ ਸੜਕਾਂ ਨੇ ਕੋਈ ਮਤਲਬ ਜਿਹੜਾ ਹੈਗਾ ਉੱਥੇ ਕੋਈ ਨਿਜ਼ਮ ਨਹੀਂ ਹੈ ਹੁਣ ਜਿਹੜੇ ਮੁਲਕਾਂ ਦੀ ਇਹ ਗੱਲ ਕਰਦੇ ਕਿ ਅਸੀਂ ਉਹਨਾਂ ਨੂੰ ਕਾਪੀ ਕਰ ਰਹੇ ਹਾਂ ਉੱਥੇ ਪ੍ਰੋਪਰ ਲੇਨਸ ਬਣੀਆਂ ਹੋਈਆਂ ਨੇ ਵੀ ਕਿਹੜੀ ਲੇਨਸ ਦੇ ਵਿੱਚ ਕਿਹੜਾ ਜਿਹੜਾ ਵਹੀਕਲ ਚੱਲੂਗਾ ਇੱਥੇ ਉਸੇ ਸੜਕ ਦੇ ਟਰੈਕਟਰ ਟਰਾਲਾ ਜਾ ਰਿਹਾ ਹੈਗਾ ਉਹਦੇ ਤੇ ਬੱਸ ਜਾ ਰਹੀ ਉਹਦੇ ਤੇ ਮੋਟਰਸਾਈਕਲ ਜਾ ਰਿਆ ਉਹਦੇ ਕੋਲ ਮਤਲਬ ਭਾਈ ਲੋਕ ਸਾਈਡ ਤੇ ਪੈਦਲ ਲੰਘ ਰਹੇ ਜਿੱਥੇ ਪੈਦਲ ਲੰਘਨੇ ਲੋਕ ਲੋਕ ਉਧਰ ਵੀ ਜਿਹੜੀਆਂ ਗੱਡੀਆਂ ਹੈਗਣ ਚੜਾਈ ਫਿਰਦੇ ਹੈਗੀਆਂ ਹਨਾ ਤਾਂ ਜਿਹੜਾ ਇੱਥੋਂ ਦਾ ਟ੍ਰੈਫਿਕ ਦਾ ਸੜਕਾਂ ਦਾ ਜੋ ਮੰਦੀ ਹਾਲਤ ਹੈਗੀ ਡ라이ਵਰ ਡਰਾਈਵਰਾਂ ਦੀ ਹਾਲਤ ਵੱਲ ਖਿਆਲ ਕਰਨ ਦੀ ਬਜਾਏ ਹੁਣ ਜਿਹੜਾ ਡਰਾਈਵਰ ਤੜਕੇ ਇਹਨਾਂ ਦੇ ਨੇ 4 ਵਜੇ ਉੱਠਦਾ ਹੁਣ ਸਾਡੇ ਇਥੋਂ ਗੁਰੂ ਸਾਤਵਾ ਆਯਾ ਦੀਪ ਸਿੰਘ ਵਾਲਾ ਚੰਡੀਗੜ੍ਹ ਬੱਸ ਜਾਂਦੀ ਆ ਉਹ ਤੜਕੇ 4:30 ਵਜੇ ਜਿਹੜੀ ਹੈਗੀ ਆ ਉਹ ਲੰਘਦੀ ਆ ਉਹ ਬੰਦੇ ਹੁਣ ਜਿੱਥੋਂ ਗੁਰੂ ਸਾਹਿਬ ਬੱਸ ਚੱਲਦੀ ਆ ਉੱਥੋਂ ਦੇ ਤਾਂ ਡਰਾਈਵਰ ਹੈ ਨਹੀਂਗੇ ਉਹ ਵਿਚਾਰੇ ਪਹਿਲਾਂ 3 ਵਜੇ ਪਿੰਡਾਂ ਚੋਂ ਉੱਠਦੇ ਮੋਟਰਸਾਈਕਲ ਤੇ ਠੋਠਰ ਕਰਦੇ ਉੱਥੇ ਆਉਂਦੇ ਆ ਚੰਡੀਗੜ੍ਹ ਪਹੁੰਚਦੇ ਤੇ ਰਾਤ ਨੂੰ ਜਿਹੜੇ 9-10 ਵਜੇ ਉਹ ਵਾਪਸ ਪਹੁੰਚਦੇ ਹੈਗੇ ਆ ਕਿਹੜੇ ਕੰਮ ਦੇ ਘੰਟੇ ਕੁ 8 ਘੰਟੇ ਕੰਮ ਦੇ ਕਾਨੂੰਨ ਵਾਲਾ ਨਿਜ਼ਮ ਉੱਥੇ ਹੈ ਜਿਹੜੇ ਬੰਦੇ ਸਾਰਾ ਸਾਰਾ ਦਿਨ ਕੋਈ ਐ ਨਹੀਂਗਾ ਵੀ ਹੁਣ ਵੀ ਕੋ 2 ਘੰਟੇ ਆਰਾਮ ਕਰ ਲਈਏ ਚਾਹ ਰੋਟੀ ਵਾਸਤੇ ਹਨਾ ਮਤਲਬ ਤਸਾਤੂਸਲੀ ਜਿਹੜੀ ਜ਼ਿੰਦਗੀ ਹੈਗੀ ਆ ਤੇ ਉਹ ਇੰਨੀ ਘੱਟ ਗੁਜ਼ਰ ਤੇ ਗੁਜ਼ਾਰਾ ਕਰ ਰਹੇ ਹੈਗੇ ਆ ਕਿਸੇ ਦਾ ਕਿਸੇ ਦਾ ਕੋਈ ਸ਼ੌਂਕ ਹੀ ਇਸ ਕੰਮ ਵਾਲੇ ਪਾਸੇ ਜਿਹੜਾ ਨਹੀਂ ਆਉਂਦਾਗਾ ਹੁਣ ਮੰਨ ਲਓ ਹਮਤਾਜ ਜੀ ਰਾਤ ਨੂੰ 12 ਵਜੇ ਚੰਡੀਗੜ੍ਹ ਤੇ ਜਲੰਧਰ ਤੋਂ ਅਖਬਾਰ ਛਪਦਾ ਜਿਹੜੀਆਂ ਉਹ ਅਖਬਾਰਾਂ ਵਾਲੀਆਂ ਗੱਡੀਆਂ ਤੜਕੇ 4 ਵਜੇ ਤੱਕ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਅਖਬਾਰ ਪਹੁੰਚਾਉਂਦੇ ਆ ਉਹ ਰਾਤ ਨੂੰ ਮਤਲਬ 11 ਵਜੇ ਉੱਠਦੇ ਆ ਤੜਕੇ 9 ਵਜੇ ਵਾਪਸ ਜਾਂਦੇ ਹੈਗੇ ਆ ਇਸ ਤਰ੍ਹਾਂ ਦੀ ਇਨ੍ਹਾਂ ਦਿਨਾਂ ਦੇ ਵਿੱਚ ਜਦੋਂ ਇੰਨੀ ਅੱਤ ਦੀ ਸਰਦੀ ਪੈ ਰਹੀ ਹੈਗੀ ਆ ਇਨ੍ਹਾਂ ਦਿਨਾਂ ਦੇ ਵਿੱਚ ਜਾਂ ਮਾੜੀਆਂ ਜਿਹੜੀਆਂ ਸੜਕਾਂ ਨੇ ਰਾਤ ਨੂੰ ਸਾਰਾ ਨੀਂਦਰਾ ਕੱਟਦੇ ਆ ਉਹ ਸ਼ੌਂਕ ਹੀ ਆ ਜੌਬ ਨਹੀਂ ਹੈ ਬੇਰਸਕਾਰ ਨਹੀਂ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਇਸ ਕਰਕੇ ਉਹ ਇਸ ਪਾਸੇ ਆਈ ਆ ਉਹਨਾਂ ਸਾਰੇ ਲੋਕਾਂ ਦੇ ਵਾਸਤੇ ਉਹ ਇਸ ਕਰਕੇ ਅੰਦੋਲਨ ਕਰ ਰਹੇ ਕਿ ਉਹਨਾਂ ਦੀ ਰੋਜੀ ਰੋਟੀ ਡਰਾਈਵਿੰਗ ਤੇ ਹੈਗੀ ਆ ਉਹਨਾਂ ਦੇ ਕਾਨੂੰਨ ਸਾਰਿਆਂ ਦੇ ਹੈਗਾ ਤੇ ਸਰਕਾਰ ਨੇ ਇਹ ਮਾਰੇ ਜਿਹੜਾ ਸੀਗਾ ਉਹ ਐਕਸੀਡੈਂਟਾਂ ਦਾ ਹੋਰ ਸਾਰਿਆਂ ਦਾ ਬਹਾਨਾ ਬਣਾ ਕੇ ਅਸਲ ਦੇ ਵਿੱਚ ਕੀ ਹੈਗਾ ਕਿ ਜਿਹਨੂੰ ਕਹਿੰਦੇ ਡਰਾਈਵਰ ਰਹਿਤ ਜਿਹੜੀ ਹੈਗੀ ਆ ਮਸ਼ੀਨਰੀ ਲੈ ਕੇ ਆਉਣਾ ਚਾਹੁੰਦੇ ਹੈਗਾ ਪੂਰੀ ਟੈਕਨੀਕ ਦੇ ਨਾਲ ਯਾਨੀ ਕਿ ਮਨੁੱਖਾਂ ਨੂੰ ਵੇਲੇ ਕਰਨਾ ਚਾਹੁੰਦੇ ਹੈਗੇ ਆ ਇਸ ਕਰਕੇ ਉਹ ਇਸ ਪਾਸੇ ਵਧਿਆ ਹੋਇਆ ਜਿਹੜਾ ਹੈਗਾ ਕਦਮਾਂ ਉਧਰ ਤੇ ਲਬਾਦਾ ਇਹ ਚੜਾ ਦਿੱਤਾ ਗਿਆ ਹੂੰ ਵੀ ਜਿਵੇਂ ਇਹਨਾਂ ਦਾ ਹਿੰਦੂਵਾਦ ਦੀ ਰਾਸ਼ਟਰਵਾਦੀ ਗੱਲ ਕਰਨਾ ਦੇਸ਼ ਦਾ ਵਿਕਾਸ ਕਰਨਾ ਹੋਰ ਕਰਨਾ ਉਹਦੇ ਨਾਂ ਤੇ ਲੋਕ ਆਰਥਿਕਤਾ ਤਬਾਹ ਕਰ ਰਹੇ ਆ ਕੰਪਨੀਆਂ ਨੂੰ ਜ਼ਮੀਨਾਂ ਦੇਣਾ ਚਾਹੁੰਦੇ ਆ ਕਹਿ ਰਹੇ ਕਿ ਮੁਲਕ ਦਾ ਸੀ ਵਿਕਾਸ ਕਰਨਾ ਹੈਗਾ ਉਸੇ ਤਰ੍ਹਾਂ ਕਰੋੜਾਂ ਲੋਕਾਂ ਨੂੰ ਯਾਨੀ ਕਿ ਉਹਨਾਂ 'ਚ ਡੈਸ਼ ਦੀ ਇਹਨਾਂ ਦੀ ਏਦਾਂ ਦੀ ਪਾ ਦੋ ਕਿ ਉਹ ਉਹ ਕੰਮ ਛੱਡਣ ਵਾਸਤੇ ਜਿਹੜਾ ਹੈਗਾ ਮਜਬੂਰ ਹੋ ਜੇ ਤੇ ਸਰਕਾਰ ਦਾ ਰਸਤਾ ਜਿਹੜਾ ਹੈਗਾ ਉਹ ਸਾਫ਼ ਹੋ ਜੇ ਡਰਾਈਵਰ ਰਹਿਤ ਭੁੱਖ ਦੇ ਵਿੱਚ ਵਹੀਕਲ ਜਿਹੜਾ ਹੈਗਾ ਲਿਆਉਣ ਦੇ ਵਾਸਤੇ ਹਨ ਇਸ ਕਰਕੇ ਸਾਰ ਨੂੰ ਇਹਦਾ ਡਟਵਾ ਜਿਹੜਾ ਹੈਗਾ ਵਿਰੋਧ ਉਹ ਕਰਨਾ ਚਾਹੀਦਾ ਇਹਦੇ ਨਾਲ ਹੀ ਇੱਕ ਗੱਲ ਜੀ ਕੇ ਕਾਨੂੰਨ ਕਿਸੇ ਮਸਲੇ ਦਾ ਹੱਲ ਨਹੀਂ ਹੁਣ ਡੌਰੀ ਬਾਰੇ ਕਾਨੂੰਨ ਆ ਕੀ ਸਮਾਜ ਚ ਲੋਕਾਂ ਨੇ ਦਹੇਜ ਲੈਣਾ ਦੇਣਾ ਜਿਹੜਾ ਬੰਦ ਕਰਤਾ ਐਸ ਸੀ ਐਸ ਟੀ ਕਾਨੂੰਨ ਐਕਟ ਬਣ ਗਿਆ ਕੀ ਦਲਤਾਂ ਦੇ ਨਾਲ ਵਧੇ ਕੀ ਹੋਣੀ ਜਿਹੜੀ ਹੈਗੀ ਆ ਬੰਦ ਹੋ ਗਈ ਹੈ ਰਾਈਟ ਟੂ ਐਜੂਕੇਸ਼ਨ ਆ ਇੱਥੇ ਕੀ ਲੋਕਾਂ ਨੂੰ এডੂਕੇਸ਼ਨ ਜਿਹੜੀ ਹੈਗੀ ਮਿਲ ਕੀ ਰਾਈਟ ਟੂ ਲਾਈਫ ਆ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਲੋਕਾਂ ਨੂੰ ਜ਼ਿੰਦਗੀ ਦਾ ਅਧਿਕਾਰ ਆ ਔਰ ਸੁਪਰੀਮ ਕੋਰਟ ਨੇ ਇੱਕ ਫੈਸਲੇ ਚ ਉਹਦਾ ਵਿਆਖਿਆ ਦਿੰਦਿਆਂ ਕਿਹਾ ਕਿ ਰਾਈਟ ਟੂ ਲਾਈਫ ਦਾ ਮਤਲਬ ਸਿਰਫ ਸਾਹ ਲੈਣਾ ਨਹੀਂ ਹੈ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੇ ਮਾਨ ਸਨਮਾਨ ਵਾਲੀ ਜ਼ਿੰਦਗੀ ਉਹਨੂੰ ਜ਼ਿੰਦਗੀ ਦਾ ਅਧਿਕਾਰ ਕਹਿੰਦੇ ਆ ਜੇ ਭਾਰਤ ਦਾ ਸੰਵਿਧਾਨ ਜ਼ਿੰਦਗੀ ਦੇ ਅਧਿਕਾਰ ਦੀ ਗੱਲ ਕਰਦਿਆ ਹੈਗਾ ਇਹ ਤੇ ਕਰੋੜਾਂ ਲੋਕ ਜਿਹੜੇ ਬੇਰੁਜ਼ਗਾਰੀ ਕਰਕੇ ਨਸ਼ਿਆਂ ਕਰਕੇ ਮਰ ਰਿਹਾ ਭੁੱਖਮਰੀ ਕਰਕੇ ਅਤ ਦੀਆਂ ਬਿਮਾਰੀਆਂ ਨੇ ਇਲਾਜ ਜੋਗੇ ਪੈਸੇ ਨਹੀਂ ਹੈ ਇਲਾਜ ਇਹਨਾਂ ਜਿਹੜਾ ਹੈਗਾ ਮਹਿੰਗਾ ਹੈਗਾ ਬੇਰੁਜ਼ਗਾਰ ਜਿਹੜੇ ਖੁਦਕੁਸ਼ੀਆਂ ਕਰ ਰਹੇ ਕੋਈ ਰੋਜ਼ਗਾਰ ਨਹੀਂ ਹੈਗਾ ਉਹਨਾਂ ਸਾਰਿਆਂ ਦਾ ਜ਼ਿੰਦਗੀ ਦਾ ਅਧਿਕਾਰ ਕਿੱਥੇ ਆ ਕਿਉਂ ਉਹ ਸੰਵਿਧਾਨ ਦੇ ਵਿੱਚ ਲਿਖਣ ਦੇ ਬਾਵਜੂਦ ਜਿੰਦਗੀ ਦਾ ਅਧਿਕਾਰ ਕਿਉਂ ਨਹੀਂ ਮਿਲਿਆਗਾ ਇਸ ਕਰਕੇ ਕੋਈ ਵੀ ਸਮਾਜ ਦਾ ਮਸਲਾ ਜੇ ਐਕਸੀਡੈਂਟ ਹੁੰਦੇ ਆ ਉਹਦੇ ਵਾਸਤੇ ਸੜਕਾਂ ਦੇਖੀਆਂ ਜਾਣ ਉਹਦੇ ਵਾਸਤੇ ਪ੍ਰੋਪਰ ਜਿਹੜੀ ਡਰਾਈਵਿੰਗ ਦੀ ਜਿਹੜੀ ਹੈਗੀ ਜਿੱਥੋਂ ਲੱਗਦਾ ਵੀ ਜਿੱਥੇ-ਜਿੱਥੇ ਫਾਲਟ ਹੈਗਾ ਉਹ ਫਾਲਟ ਚੈੱਕ ਕੀਤੇ ਜਾਣ ਨਾ ਕਿ ਐ ਵੀ ਤੁਸੀਂ ਸਾਰਾ ਦੋਸ਼ ਜਿਹੜਾ ਹੈਗਾ ਡਰਾਈਵਿੰਗ ਕਰਨ ਵਾਲਾ ਨੂੰ ਗਰਦਾਨ ਦੋ ਉਹ ਉਹਨਾਂ ਦੇ ਪਾ ਦੋ ਤੁਹਾਨੂੰ ਉਹਦੇ ਹਰ ਕੋਈ ਵੀ ਮਸਲਾ ਹੈਗਾ ਸਮਾਜ ਦਾ ਉਹਦੇ ਸਮਾਜਿਕ ਤੇ ਆਰਥਿਕ ਕਾਰਨ ਦੇਖਣੇ ਚਾਹੀਦੇ ਆ ਉਹਦੀ ਜੜ ਤੱਕ ਜਾਣਾ ਚਾਹੀਦਾ ਹੈਗਾ ਤੁਸੀਂ ਪ੍ਰੋਪਰ ਸੜਕਾਂ ਬਣਾਓ ਕੰਮ ਦੇ ਘੰਟੇ 8 ਘੰਟੇ ਕਰੋ ਔਰ ਡਰਾਈਵਰ ਜਿਹੜੇ ਬੰਦੇ ਵੀ ਡਰਾਈਵਿੰਗ ਕਰਦੇ ਆ ਹੁਣ ਜਿਹੜੇ ਸਰਕਾਰੀ ਬੱਸਾਂ ਚ ਕੰਮ ਕਰਦੇ ਹੈਗਾ ਕੱਚੇ ਉਹ ਵੀ ਕੱਚੇ ਹੀ ਨਹੀਂ ਹੁਣ ਠੀਕ ਆ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਇੰਨੀਆਂ ਹੋਣ ਕਿ ਉਹ ਚੰਗੀ ਜ਼ਿੰਦਗੀ ਉਹਦੇ ਨਾਲ ਜਿਹੜੀ ਹੈਗੀ ਆ ਉਹ ਜਿਉ ਸਕਦੇ ਹੋਣ ਤਣਾਅ ਮੁਕਤ ਹੋਵੇ ਉਹਨਾਂ ਦੀ ਜ਼ਿੰਦਗੀ